ਅਸਲਾਮ ਵਾਲੇਕੁਮ ਬੱਚੋ, ਕਲਾਸ 8th ਸਬਜੈਕਟ ਸਾਇੰਸ ਚੈਪਟਰ ਦੀ ਸੈੱਲ, ਇਸ 'ਤੇ ਅਸੀਂ ਜਨਰਲ ਐਕਸਰਸਾਈਜ਼ ਕਰਸਾਂ ਬੱਚੋ। ਅਸੀਂ ਤੁਹਾਨੂੰ ਪੜ੍ਹੇ ਦਿਨ ਪਹਿਲੇ 4 ਕੁਸ਼ਚਨ ਇਸ 'ਤੇ, ਅੱਜ ਅਸੀਂ ਕੁਸ਼ਚਨ ਨੰਬਰ 5 ਪੜ੍ਹਸਾਂ। ਕੁਸ਼ਚਨ ਨੰਬਰ 5 ਹੈ ਬੱਚੋ, ਮੈਨਸ਼ਨ ਦੀ ਫੰਕਸ਼ਨਸ ਆਫ ਦਾ ਫਾਲੋਇੰਗ, ਸੈੱਲ ਮੈਂਬਰੇਨ ਔਰ ਕ੍ਰੋਮੋਸੋਮ। ਸੈੱਲ ਮੈਂਬਰੇਨ ਔਰ ਕ੍ਰੋਮੋਸੋਮ ਦੇ ਫੰਕਸ਼ਨ ਦੱਸੋ ਬੱਚੋ। ਸੈੱਲ ਮੈਂਬਰੇਨ ਦੇ ਫੰਕਸ਼ਨ ਆ ਗਏ ਬੱਚੋ। ਦੀ ਸੈੱਲ ਮੈਂਬਰੇਨ ਇਜ਼ ਦਾ ਆਊਟਰ ਕਵਰਿੰਗ ਆਫ ਏ ਸੈੱਲ ਐਂਡ ਹੈਲਪਸ ਇਟ maintain shape and as well as allows certain molecules to enter and leave the cell. ਤੋ ਸੈੱਲ ਮੈਂਬਰੇਨ ਆ ਗਈ ਬੱਚੇ, ਇੱਕ ਤਾਂ ਆਊਟਰ ਕਵਰਿੰਗ ਹੁੰਦੀ ਹੈ ਇਹ, ਇਸ ਦੀ ਵਜ੍ਹਾ ਨਾਲ ਇੱਕ ਸ਼ੇਪ ਬਣਦੀ ਹੈ ਸੈੱਲ ਦੀ, ਔਰ ਇਹ ਕੋਈ ਮੈਟੀਰੀਅਲਸ ਕੋ ਇੱਕ ਸਾਈਡ ਔਰ ਦੂਜੀ ਸਾਈਡ ਸੈੱਲ ਦੇ ਅੰਦਰ ਔਰ ਸੈੱਲ ਦੇ ਬਾਹਰ ਟਰਾਂਸਪੋਰਟ ਕਰਦੇ ਵਿੱਚ ਇਸ ਦਾ ਅਹਿਮ ਰੋਲ ਹੁੰਦਾ ਬੱਚੋ। ਦੂਜਾ ਹੈ ਕਿ ਬੱਚੋ ਕ੍ਰੋਮੋਸੋਮਸ, ਕ੍ਰੋਮੋਸੋਮਸ ਦਾ ਫੰਕਸ਼ਨ ਆ ਗਿਆ, ਕ੍ਰੋਮੋਸੋਮਸ ਫੈਸਿਲੀਟੇਟ ਪ੍ਰੋਪਰ ਸੈੱਲ ਡਿਵੀਜ਼ਨ, ਇਸ ਦੀ ਵਜ੍ਹਾ ਨਾਲ ਹੁੰਦੀ ਹੈ ਬੱਚੋ ਸੈੱਲ ਡਿਵੀਜ਼ਨ ਐਂਡ ਰੈਪਲੀਕੇਸ਼ਨ ਹੁੰਦੀ ਹੈ। ਦੀ ਮੇਨ ਫੰਕਸ਼ਨ ਆਫ ਕ੍ਰੋਮੋਸੋਮਸ ਇਜ਼ ਟੂ ਫਿੱਟ ਦੀ ਡੀ ਐਨ ਏ ਇਨ ਸਾਈਡ ਦੀ ਨਿਊਕਲੀਅਸ। ਇਹ ਆ ਗਏ ਇਸ 'ਤੇ ਦੋ ਛੋਟੇ ਛੋਟੇ ਫੰਕਸ਼ਨ ਵਿੱਚੋਂ। ਕੁਸ਼ਚਨ ਨੰਬਰ 6 ਹੈ ਬੱਚੋ, ਵਾਈ ਆਰ ਦੀ ਫਾਲੋਇੰਗ ਇੰਪੋਰਟੈਂਟ ਟੂ ਏ ਪਲਾਂਟ ਸੈੱਲ, ਸੈੱਲ ਵਾਲ, ਕਲੋਰੋਪਲਾਸਟ, ਮਾਈਟੋਕੋਂਡਰੀਆ, ਨਿਊਕਲੀਅਸ। ਪਹਿਲਾ ਪਾਰਟ ਆ ਗਿਆ ਬੱਚੋ ਸੈੱਲ ਵਾਲ, ਸੈੱਲ ਵਾਲ ਦੀ ਪਲਾਂਟ ਸੈੱਲ ਦੇ ਅੰਦਰ ਕੀ ਇੰਪੋਰਟੈਂਸ ਹੈ। ਸੈੱਲ ਵਾਲ ਜਿਹੜੀ ਹੈ ਬੱਚੋ, ਦੀ ਮੇਜਰ ਰੋਲ ਆਫ ਦਾ ਸੈੱਲ ਵਾਲ ਇਨ ਏ ਪਲਾਂਟ ਸੈੱਲ ਇਜ਼ ਟੂ ਮੈਂਟੇਨ ਦੀ ਸ਼ੇਪ ਐਂਡ ਫਾਰਮ ਆਫ ਦਾ ਸੈੱਲ। ਪਲਾਂਟ ਦੇ ਅੰਦਰ ਸ਼ੇਪ, ਸ਼ਕਲੋ ਸੂਰਤ ਜਿਹੜੀ ਹੁੰਦੀ ਹੈ ਸੈੱਲ ਦੀ, ਉਹ ਇਸ ਹੁੰਦੀ ਹੈ ਬੱਚੋ ਸੈੱਲ ਵਾਲ ਦੀ ਮਦਦ ਨਾਲ, ਵਜ੍ਹਾ ਨਾਲ। ਦੂਆ ਆ ਗਿਆ ਬੱਚੋ ਕਲੋਰੋਪਲਾਸਟ ਦਾ ਕੀ ਰੋਲ ਹੈ ਪਲਾਂਟ ਸੈੱਲ ਦੇ ਅੰਦਰ। ਕਲੋਰੋਪਲਾਸਟ ਪਲੇਜ਼ ਇਨ ਇੰਪੋਰਟੈਂਟ ਰੋਲ ਇਨ ਫੋਟੋ ਸਿੰਥੈਸਿਸ। ਤੋਂ ਕਲੋਰੋਪਲਾਸਟ ਜਿਹੜਾ ਬੱਚੋ, ਕਲੋਰੋਪਲਾਸਟ ਦਾ ਕੰਮ ਹੈ ਫੋਟੋ ਸਿੰਥੈਸਿਸ ਕਰਨਾ। ਅੱਗੇ ਮਾਈਟੋਕਾਂਡਰੀਆ, ਮਾਈਟੋਕਾਂਡਰੀਆ ਦਾ ਕੀ ਕੰਮ ਹੈ ਬੱਚੋ, ਮਾਈਟੋਕਾਂਡਰੀਆ ਆਰ ਦਾ ਪਾਵਰ ਹਾਊਸ ਆਫ ਦਾ ਸੈੱਲ, ਇਸਕੋ ਆਖਦੇ ਨੇ ਪਾਵਰ ਹਾਊਸ ਆਫ ਦਾ ਸੈੱਲ, ਕਿਉਂਕਿ ਇਸ ਮਾਈਟੋਕਾਂਡਰੀਆ ਦੀ ਵਜ੍ਹਾ ਨਾਲ ਬਣਦੀ ਹੈ ਬੱਚੋ ਐਨਰਜੀ। ਤੋ ਮਾਈਟੋਕਾਂਡਰੀਆਜ਼ ਆਰ ਦਾ ਪਾਵਰ ਹਾਊਸ ਆਫ ਦਾ ਸੈੱਲ, ਬ੍ਰੇਕਿੰਗ ਡਾਊਨ ਫਿਊਲ ਮਾਲੀਕਿਊਲਸ ਐਂਡ ਕੈਪਚਰਿੰਗ ਐਨਰਜੀ ਇਨ ਸੈਲੂਲਰ ਰਿਸਪਾਇਰੇਸ਼ਨਸ। ਚੌਥਾ ਅੱਗੇ ਬੱਚੋ ਉਸ ਤੋਂ ਡੀ ਪਾਰਟ, ਨਿਊਕਲੀਅਸ ਦਾ ਪਲਾਂਟ ਸੈੱਲ ਦੇ ਅੰਦਰ ਕੀ ਰੋਲ ਹੈ। ਨਿਊਕਲੀਅਸ ਸਟੋਰਸ ਦੀ ਸੈੱਲਸ ਹੈਰੀਡੀਟੇਰੀ ਮੈਟੀਰੀਅਲ ਐਂਡ ਇਟ ਕੋਆਰਡੀਨੇਟਸ ਦੀ ਸੈੱਲ ਐਕਟੀਵਿਟੀਜ਼। ਨਿਊਕਲੀਅਸ ਜਿਹੜਾ ਬੱਚੋ, ਇਸਕੋ ਕਰਨਲ ਆਫ ਦਾ ਸੈੱਲ ਵੀ ਆਖਦੇ ਹਨ, ਡਾਇਰੈਕਟਰ ਆਫ ਦਾ ਸੈੱਲ ਵੀ ਆਖਦੇ ਹਨ। ਇਹ ਦਿਮਾਗ ਹੁੰਦਾ ਇੱਕ ਕਿਸਮ ਦਾ ਇਸ ਦਾ ਸੈੱਲ ਦਾ ਬੱਚੋ। ਸਾਰੀ ਐਕਟੀਵਿਟੀਜ਼ ਜਿੰਨੀਆਂ ਵੀ ਹਨ ਉਹ ਨਿਊਕਲੀਅਸ ਦੇ ਕੰਟਰੋਲ ਵਿੱਚ ਹੁੰਦੀਆਂ ਸੈੱਲ ਦੇ ਅੰਦਰ। ਤੋ ਸ਼ੁਕਰੀਆ, ਵਸਲਾਮ।